ਦੋਸਤੋ ਇਹ ਵੀ ਸੀ ਆਰ ਪਿਆ ਹੈ ਅਤੇ ਵੀ ਸੀ ਆਰ ਦਾ ਨਾਂ ਸੁਣ ਕੇ ਨਾ ਇੱਕ ਸਮੇਂ ਇੰਨੀ ਖੁਸ਼ੀ ਹੁੰਦੀ ਸੀ ਵਿਆਹ ਨਾਲੋਂ ਵੀ ਜ਼ਿਆਦਾ, ਕਿਉਂਕਿ ਜਦੋਂ ਪਤਾ ਲੱਗਣਾ ਕਿ ਫਲਾਣੇ ਦੋਸਤ ਅੱਜ ਵੀ ਸੀ ਆਰ ਲੈ ਕੇ ਆ ਰਿਹਾ ਹੈ ਅਤੇ ਇਹ ਫਿਲਮਾਂ ਲੈ ਕੇ ਆ ਰਿਹਾ, ਤਾਂ ਦੋਸਤੋ ਵੀ ਸੀ ਆਰ ਦੇ ਨਾਲ ਚਾਰ ਫਿਲਮਾਂ ਮਿਲਦੀਆਂ ਹੁੰਦੀਆਂ ਸੀ, ਉਹ ਸਿਲੈਕਟ ਕਰਨੀ ਵੀ ਕਿਹੜੀ ਫਿਲਮ ਲੈ ਕੇ ਆਉਣੀ ਹੈ ਉਸ 'ਤੇ ਚਰਚਾ ਹੋਣੀ, ਅਤੇ ਫਿਰ ਸਾਰੇ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਅਤੇ ਰਾਤ ਨੂੰ ਸਾਰੀ ਰਾਤ ਵੀ ਸੀ ਆਰ ਦੇਖਣਾ, ਅਤੇ ਬੜਾ ਸ਼ੌਕ ਹੁੰਦਾ ਸੀ ਅਤੇ ਇਸ ਦਾ ਬਹੁਤ ਵੱਧ ਕਰੇਜ਼ ਹੁੰਦਾ ਸੀ ਕਿ ਜਿੰਨਾ ਘਰ ਆਉਂਦਾ ਸੀ ਪਹਿਲਾਂ ਵਿਆਹ ਵਾਲੀ ਮੂਵੀ ਚੱਲਦੀ ਹੁੰਦੀ ਸੀ, ਉਸ ਤੋਂ ਬਾਅਦ ਫਿਰ ਫਿਲਮਾਂ ਚੱਲੀਆਂ, ਅਤੇ ਇਸ ਦਾ ਕਰੇਜ਼ ਪਹਿਲਾਂ ਵਿਆਹ ਦੀ ਜਦੋਂ ਮੂਵੀ ਬਣ ਕੇ ਆਉਣੀ ਅਤੇ ਦੋਸਤੋ ਸਾਰੇ ਪਰਿਵਾਰ ਨੇ ਦੇਖਣਾ ਜਦੋਂ ਮੂਵੀ ਖਤਮ ਹੋਣੀ, ਫਿਰ ਉਸ ਤੋਂ ਬਾਅਦ ਨੌਜਵਾਨ ਇਕੱਲਿਆਂ ਰਹਿ ਜਾਣਾ ਉਹਨਾਂ ਨੇ ਫਿਲਮ ਦੇਖਣੀ, ਇਸ ਦਾ ਕਰੇਜ਼ ਵੀ ਅਲੱਗ ਹੀ ਸੀ ਦੋਸਤੋ। ਅਤੇ ਦੱਸਿਓ ਆਪਦੇ ਜ਼ਮਾਨੇ 'ਚ ਤੁਹਾਨੂੰ ਇਸ ਦਾ ਯਾਦਦਾਸ਼ਤ ਦੁਬਾਰਾ ਤਾਜ਼ਾ ਜੀ, ਤਾਂ ਕਿੰਨੇ ਕਿੰਨੇ ਵੀ ਸੀ ਆਰ ਦੇਖਿਆ, ਕਿਵੇਂ ਬਟਨ ਆਪਣੇ ਕਿਵੇਂ ਭੱਜ ਭੱਜ ਕੇ, ਤਾਂ ਉਹ ਪੁਰਾਣੀ ਯਾਦ ਤਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਕਿਹੜੇ ਕਿਹੜੇ ਵੀਰਾਂ ਨੇ ਇਸ 'ਤੇ ਦਰੂ ਫਿਲਮਾਂ ਦੇਖੀਆਂ ਦੱਸਣਾ।